अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। बादल ने अपने नानक दे हरिमंदर साहब नाल करा लेने सरावां पता नहीं करा लिया होना क्योंकि ये पिंडां दे छप्पड़ अपने दे नां दे करा सकदा है ते ये हरिमंदर साहब दीआं सरावां ते बड़ियां महंगीआं ने। मान जी जथेदार जी आए ने ते उन्हां इन्हां बंदिआं ने उन्हां नूं अंदर नहीं लंघणता। किड्डा वेखो ये बंदे अपना घर दी जद्दी जायदाद जां अपना ही घर बना के बैठे गुरु घर दा जिहड़ा घर आ ये कित्थों ओह सिंघ चल के आया अरदास बेनती करन आया ते उस बंदे नूं इन्हां अंदर नहीं लंघणता। ਜਥੇਦਾਰ ਨੂੰ ਜਿਹੜਾ ਬਣਿਆ ਦੋਵਾਂ ਤਖਤਾਂ ਦਾ ਇਹ ਸੁੱਤਾ ਵਾ, ਇਹ ਕਿਉਂ ਨਹੀਂ ਇਹਨੇ ਦੋਸ਼ੀ ਠਹਿਰਾਏ ਨੇ? ਇਹ ਉਹਨਾਂ ਦੋਸ਼ੀਆਂ ਦੀ ਕਿਉਂ ਨਹੀਂ ਕੋਈ ਸਖਤ ਕਾਰਵਾਈ ਕਰਿਆ? ਸਾਨੂੰ ਕਹਿ ਰਿਹਾ ਨਾਰਾ ਵੀ ਇਹਨਾਂ ਨੇ ਬੰਦ ਕਰ ਦੇਣਾ ਬੋਲੇ ਸੋਣ ਹਾਲ ਦਾ, ਰਾਜ ਕਰੇਗਾ ਖਾਲਸਾ ਇਹਨਾਂ ਨੇ ਬੰਦ ਕਰਨਾ ਜੇ ਅੱਜ ਨਾ ਆਪਾਂ ਇੱਕ ਪਲੇਟਫਾਰਮ 'ਤੇ ਉਤਰੇ। ਮੇਰਾ ਜੀ ਨਹੀਂ ਕਰਦਾ ਇਹਨੂੰ ਜਥੇਦਾਰ ਨੂੰ ਕੋਈ ਗਲਤ ਲਫ਼ਜ਼ ਬੋਲਣ ਦਾ, ਪਰ ਹੁਣ ਮੇਰਾ ਵੀ ਜੀ ਕਰਦਾ ਵੀ ਕੰਮ ਤੇਰੇ ਵੀ ਹੈਪੀਆਂ ਵਾਲੇ ਆ ਵੀ ਜਿਹੜੇ ਤੂੰ ਕੰਮ ਜਿਹੜੇ ਕੋਈ ਜਥੇਦਾਰਾਂ ਵਾਲੇ ਕੰਮ ਨਹੀਂ ਤੇਰੇ, ਕੋਈ ਸਿਆਣਪ ਰੱਖ, ਕੋਈ ਇਹ ਜਿਹੜਾ ਧੱਜੀਆਂ ਡਾ ਰਿਹਾ ਤੂੰ ਰੋਜ਼, ਫਿਰ ਤੂੰ ਜਿਹੜੀਆਂ ਗੱਲਾਂ ਜਿੱਥੇ ਸਟੇਜ 'ਤੇ ਚੜ੍ਹਦਾ ਬੜੀਆਂ ਸੋਹਣੀਆਂ ਗੱਲਾਂ ਸੁਣਾਉਣਾ ਵਾ, ਜਦੋਂ ਕੌਮ ਦੀ ਗੱਲ ਆਉਂਦੀ ਗ੍ਰੰਥ ਪੰਥ ਦੀ ਗੱਲ ਆਉਂਦੀ ਉਦੋਂ ਤੈਨੂੰ ਕੋਈ ਸੱਪ ਸੌਂਕ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਹ ਅਰਦਾਸ ਬੇਨਤੀ ਜਿਸ ਤਰ੍ਹਾਂ ਸਾਰੀ ਸੰਗਤ ਜਾਣਦੀ ਆ ਕਿ ਜਿਹੜਾ ਮੋਰਚਾ ਆਪਾਂ ਲਾਇਆ ਸੀ ਇਹ ਨਰੈਣੂ ਮਹੰਤਾਂ ਨੇ ਉੱਥੇ ਬਹੁਤ ਜ਼ਿਆਦਾ ਜਿਹੜਾ ਤਸੱਦਦ ਕੀਤਾ ਸਿੰਘਾਂ 'ਤੇ, ਭੈਣਾਂ 'ਤੇ, ਮਾਵਾਂ 'ਤੇ, ਬਜ਼ੁਰਗਾਂ 'ਤੇ। ਉੱਥੋਂ ਜਿਹੜੇ ਸਿੰਘਾਂ ਨੂੰ ਸੱਟਾਂ ਪੇਟਾਂ ਲੱਗੀਆਂ ਉੱਥੋਂ ਹੁਣ ਉੱਠੇ ਸਿੰਘ, ਭੈਣਾਂ ਉੱਠੀਆਂ ਸਾਡੀਆਂ, ਹੁਣ ਆ ਕੇ ਜਿਹੜਾ ਵਾ ਅਸੀਂ ਅਰਦਾਸ ਬੇਨਤੀ ਦਾ ਅਕਾਲ ਤਖਤ ਸਾਹਿਬ ਜਿਹੜਾ ਵਾ ਇਹ ਐਲਾਨ ਕੀਤਾ ਸੀ, ਅੱਜ ਅਰਦਾਸ ਬੇਨਤੀ ਇੱਥੇ ਕਰਤੀ ਆ। ਅੱਗੇ ਦਾ ਜਿਹੜਾ ਮੋਰਚਾ ਵਾ ਉਹਦੀ ਦਿਸ਼ਾ ਬਦਲਦੀ, ਕਿਉਂ? ਕਿਉਂਕਿ ਹੁਣ ਵਡਾਲਾ ਸਾਹਿਬ ਨੇ ਵੀ ਮੋਰਚਾ ਲਾਇਆ, ਕਿਉਂਕਿ ਅੱਡੋ ਅੱਡ ਜਿਹੜਾ ਵਾ ਅਸੀਂ ਉਹ ਖਿਲਾਰਾ ਨਹੀਂ ਪਾਉਣਾ ਚਾਹੁੰਦੇ। ਹੁਣ ਵੀ ਅਸੀਂ ਭਾਈ ਸਾਹਿਬ ਕੋਲ ਜਾ ਰਹੇ ਹਾਂ ਵਡਾਲਾ ਸਾਹਿਬ ਕੋਲ, ਉੱਥੇ ਜਾ ਕੇ ਅਸੀਂ ਬੈਠਾਂਗੇ, ਬੈਠ ਕੇ ਜਿਹੜਾ ਉਹਨਾਂ ਜਿੱਦਣ ਉਹਨਾਂ ਮੋਰਚਾ ਲਾਇਆ ਉੱਧਰ ਵੀ ਉਹਨਾਂ ਦੇ ਨਾਲ ਹਾਂ, ਭਾਈ ਰਣਜੀਤ ਸਿੰਘ ਦੇ ਵੀ ਨਾਲ ਸਾਂ ਅਸੀਂ। ਕੋਈ ਵੀ ਪੰਥ ਦਾ ਜਿਹੜਾ ਹੰਗਾਰਾ ਦਿੰਦਾ ਜਾਂ ਹੋਕਾ ਦਿੰਦਾ ਵਾ ਪੰਥ ਗ੍ਰੰਥ ਦਾ, ਅਸੀਂ ਸਾਰੀ ਕਮੇਟੀ ਜਿਹੜੀ ਆ ਉਹਦੇ ਨਾਲ ਹਾਂ ਬਿਲਕੁਲ, ਕੋਈ ਵੀ ਸਿੰਘ ਭਾਵੇਂ। ਅਤੇ ਬਾਕੀ ਜਿਹੜਾ ਅੱਗੇ ਦਾ ਪ੍ਰੋਗਰਾਮ 27 ਤਰੀਕ ਨੂੰ ਜਿਹੜਾ ਇਹਨਾਂ ਇਜਲਾਸ ਕਰ ਰਹੇ ਨੇ, 27 ਤਰੀਕ ਨੂੰ ਆ ਕੇ ਅਸੀਂ ਇਹਨਾਂ ਦਾ ਜਿਹੜਾ ਵਾ ਇੱਥੇ ਵਿਰੋਧ ਜ਼ਰੂਰ ਕਰਾਂਗੇ। ਵਿਰੋਧ ਦੇ ਬਾਅਦ 'ਚ ਜਿਹੜਾ ਵਾ ਅਗਲਾ ਪ੍ਰੋਗਰਾਮ ਉਹ ਸਾਰੇ ਸਿੰਘ ਅਸੀਂ ਬੈਠ ਕੇ ਫਿਰ ਪੱਕਾ ਕੋਈ ਲੀਕਾਂਗੇ, ਅਤੇ ਉਹਦੇ ਵਿੱਚ ਇਹ ਆ ਵੀ ਜਿਹੜਾ ਰੋਜ਼ਾਨਾ ਜਿਹੜਾ ਵਾ ਅਸੀਂ ਜਿਹੜਾ ਉਹ ਪ੍ਰੋਗਰਾਮ ਇਹਨਾਂ ਦਾ ਵਿਰੋਧ ਜਿਹੜਾ ਕਰ ਸਕੀਏ, ਉਹ ਜਿਹੜਾ ਅੱਗੇ ਪ੍ਰੋਗਰਾਮ ਅਸੀਂ ਗਾਂ ਦਾ ਅੱਗੇ ਕਮੇਟੀ ਲਿਖੀਗੀ, ਅਤੇ ਜਿਹੜਾ 27 ਤਰੀਕ ਨੂੰ ਉਹ ਸਾਰੀ ਸੰਗਤ ਲਿਖ ਕੇ ਇਹਨਾਂ ਦਾ ਵਿਰੋਧ ਕੀਤਾ ਜਾਊਗਾ। ਜਿਹੜੇ ਆਗੂ ਇਹਨਾਂ ਦੇ ਆ ਰਹੇ ਆ ਉਹਨਾਂ ਨੂੰ ਹਲੂਣਾ ਦਿੱਤਾ ਜਾਏਗਾ ਵੀ ਜਿਹੜਾ ਤੁਸੀਂ ਇਹ ਨਰੈਣੂ ਮਹੰਤਾਂ ਵਾਲਾ ਕੰਮ ਕਰ ਰਹੇ ਜੋ ਉਹ ਜਿਹੜਾ ਕੰਮ ਆ ਬੰਦ ਕਰੋ। ਇੱਕ ਤੁਸੀਂ ਰਾਤ ਦਾ ਵੇਖਿਆ ਹੋਣਾ, ਸਾਰੀ ਸੰਗਤ ਨੇ, ਤੁਸੀਂ ਮੀਡੀਆ ਨੇ ਵੀ ਦੇਖਿਆ ਹੋਣਾ ਕਿ ਧਿਆਨ ਸਿੰਘ ਮੰਨ ਜੀ ਜਥੇਦਾਰ ਜੀ ਆਏ ਨੇ ਅਤੇ ਉਹਨਾਂ ਇਹਨਾਂ ਬੰਦਿਆਂ ਨੇ ਉਹਨਾਂ ਨੂੰ ਅੰਦਰ ਨਹੀਂ ਲੰਘਣਤਾ। ਕਿੱਡਾ ਵੇਖੋ ਇਹ ਬੰਦੇ ਆਪਣਾ ਘਰ ਦੀ ਜੱਦੀ ਜਾਇਦਾਦ ਜਾਂ ਆਪਣਾ ਹੀ ਘਰ ਬਣਾ ਕੇ ਬੈਠੇ, ਗੁਰੂ ਘਰ ਦਾ ਜਿਹੜਾ ਘਰ ਆ ਇਹ ਕਿੱਥੋਂ ਉਹ ਸਿੰਘ ਚੱਲ ਕੇ ਆਇਆ ਅਰਦਾਸ ਬੇਨਤੀ ਕਰਨ ਆਇਆ ਅਤੇ ਉਸ ਬੰਦੇ ਨੂੰ ਇਹਨਾਂ ਅੰਦਰ ਨਹੀਂ ਲੰਘਣਤਾ। ਅਤੇ ਦੂਜੇ ਹੀ ਵੇਖੋ ਇਹਨਾਂ ਦੀ, ਮੈਂ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਦੀ ਕਰਤੂਤ ਇੱਕ ਬੜੀ ਬਹੁਤ ਜ਼ਿਆਦਾ ਭੈੜੀ ਵੇਖੀ ਕਿ ਕਿਉਂਕਿ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਆਈਆਂ ਇਹਨਾਂ ਸਿੰਘ ਸਾਹਿਬ ਨੇ ਉੱਪਰਲੇ ਬੰਨਿਓ ਅਕਾਲ ਤਖ਼ਤ ਤੋਂ ਸਰੋਪੇ ਜਿਹੜੇ ਆ ਇਸ ਤਰ੍ਹਾਂ ਸੁੱਟੇ ਵਗਾ ਵਗਾ ਕੇ ਭੀਮਾ ਵਾਂਗੂ। ਇਹ ਨਰਾਦਰ ਜਿਹੜਾ ਇਹ ਜਿਹੜਾ ਨਰੈਣੂ ਮਹੰਤਾਂ ਤੋਂ ਵੀ ਦਿਨੋਂ ਦਿਨ ਟੱਪਦੇ ਜਾਂਦੇ ਆ। ਇਹਨੂੰ ਮੇਰਾ ਜੀ ਨਹੀਂ ਕਰਦਾ ਇਹਨੂੰ ਜਥੇਦਾਰ ਨੂੰ ਕੋਈ ਗਲਤ ਲਫ਼ਜ਼ ਬੋਲਣ ਦਾ, ਪਰ ਹੁਣ ਮੇਰਾ ਵੀ ਜੀ ਕਰਦਾ ਵੀ ਕੰਮ ਤੇਰੇ ਵੀ ਹੈਪੀਆਂ ਵਾਲੇ ਆ ਵੀ ਜਿਹੜੇ ਤੂੰ ਕੰਮ ਜਿਹੜੇ ਕੋਈ ਜਥੇਦਾਰਾਂ ਵਾਲੇ ਕੰਮ ਨਹੀਂ ਤੇਰੇ, ਕੋਈ ਸਿਆਣਪ ਰੱਖ, ਕੋਈ ਇਹ ਜਿਹੜਾ ਧੱਜੀਆਂ ਡਾ ਰਿਹਾ ਤੂੰ ਰੋਜ਼, ਫਿਰ ਤੂੰ ਜਿਹੜੀਆਂ ਗੱਲਾਂ ਜਿੱਥੇ ਸਟੇਜ 'ਤੇ ਚੜ੍ਹਦਾ ਬੜੀਆਂ ਸੋਹਣੀਆਂ ਗੱਲਾਂ ਸੁਣਾਉਣਾ ਵਾ, ਜਦੋਂ ਕੌਮ ਦੀ ਗੱਲ ਆਉਂਦੀ ਗ੍ਰੰਥ ਪੰਥ ਦੀ ਗੱਲ ਆਉਂਦੀ ਉਦੋਂ ਤੈਨੂੰ ਕੋਈ ਸੱਪ ਸੌਂਕ ਜਾਂਦਾ? ਉਦੋਂ ਵੀ ਤੇਰਾ ਫਰਜ਼ ਬਣਦਾ ਨਾ ਕੋਈ ਬਿਆਨ ਦੇ ਵੀ ਪੰਥ ਜਿਹੜਾ ਵਾ ਸਾਡਾ ਸਿਰ ਪਾਟਣ ਡੇ ਆ ਜਾਂ ਕਿਸ ਤਰ੍ਹਾਂ ਕੀ ਹਾਲ ਹੋਣ ਡਿਆ ਉਹਦੇ ਬਾਰੇ ਵੀ ਕੋਈ ਸਾਂਝਾ ਹੀ ਬਿਆਨ ਦੇ ਦੇ। ਅਸੀਂ ਜ਼ਿਆਦਾ ਤਾਂ ਨਹੀਂ ਕਹਿੰਦੇ ਵੀ ਤੂੰ ਚਲੋ ਲਿਫਾਫੇ 'ਚੋਂ ਨਿਕਲਿਆ, ਤੂੰ ਉਹਨਾਂ ਕੀ ਬਿਆਨ ਦੇ ਦੇ ਘੁਮਾ ਕੇ ਦੇ ਦੇ, ਜੇ ਤੂੰ ਜ਼ਿਆਦਾ ਨਹੀਂ ਦੇ ਸਕਦਾ ਕੋਈ ਪੈਸੇ ਦਾ ਮਸਲਾ ਜਾਂ ਕੋਈ ਉੱਤੋਂ ਅਹੁਦੇ ਦਾ ਮਸਲਾ ਵਾ ਤਾਂ ਉਹ ਬਿਆਨ ਘੁਮਾ ਕੇ ਦੇ ਦੇ, ਕਮ ਸੇ ਕਮ ਪੰਥ ਜਿਹੜਾ ਵਾ ਇਹਨਾਂ ਇਤਰਾਜ਼ਗੀ ਤਰ੍ਹਾਂ ਤਰ੍ਹਾਂ ਕਰੇ। ਪਰ ਇਸ ਬੰਦੇ ਨੇ ਕੋਈ ਚੰਗਾ ਮੇਰੇ ਸਾਹਮਣੇ ਅੱਜ ਤੱਕ ਫੈਸਲਾ ਜਿਹੜਾ ਨਹੀਂ ਦੱਸਿਆ, ਅਤੇ ਜਿਹੜੀ ਰਾਤ ਦੀ ਕਰਤੂਤ ਕਰਤੀ ਉਹ ਬਹੁਤ ਮਾੜੀ ਕਰਤੀ ਆ, ਸਿੱਖ ਕੌਮ ਦੇ ਹਿਰਦੇ ਜਿਹੜੇ ਵਲੂੰਦਰੇ ਗਏ ਆ ਵੀ ਜਿਹੜਾ ਸਰੋਪੇ ਦੀ ਐਡੀ ਤਕੜੀ ਮਹਾਨਤਾ ਜਿਹੜੀ ਇਹ ਬੜਾ ਜ਼ਿਆਦਾ ਸਤਿਕਾਰ ਹੀ ਅਤੇ ਉਹ ਨਿਹੰਗ ਜਥੇਬੰਦੀਆਂ ਜਿਹੜੀਆਂ ਨਿਹੰਗ ਸਿੰਘ ਆਏ ਆ
ਉਹਨਾਂ ਦਾ ਵੀ ਨਾਲ ਨਰਾਦਰ ਕੀਤਾ ਤੇ ਨਾਲ ਜਿਹੜਾ ਸਰੋਪੇ ਦਾ ਵੀ ਨਰਾਦਰ ਕੀਤਾ ਇਹਨਾਂ ਜੀ। ਭਾਈ ਸਾਹਿਬ ਇਹ ਜਿਹੜੇ ਸਿੰਘ ਆਪਣੇ ਆ ਜ਼ਖਮੀ ਸਿੰਘ ਆ ਅਜੇ ਵੀ ਜਿਹੜੇ ਅੱਲੇ ਜ਼ਖਮ ਆ ਕਈਆਂ ਦੇ ਜਿਹੜੇ ਆ ਇਹ ਟਾਂਕੇ ਖੁੱਲ੍ਹ ਗਏ ਆ ਦੱਸਦੇ ਵੀ ਖੁੱਲ੍ਹ ਗਏ ਟਾਂਕੇ ਹੋਰ ਵੀ ਸਿੰਘਾਂ ਦੇ ਟਾਂਕੇ ਜਿਹੜੇ ਜਦੋਂ ਟਾਂਕੇ ਖੋਲ੍ਹੇ ਉਹ ਜ਼ਖਮ ਖੁੱਲ੍ਹ ਗਏ ਸਾਰੇ ਸਾਰੇ ਇਸ ਕਰਕੇ ਥੋੜ੍ਹਾ ਨਾ ਅਸੀਂ ਉਹ ਥੋੜ੍ਹਾ ਤਾਂ ਲੰਮਾ ਪਾ ਰਹੇ ਹਾਂ ਕਿ ਜਿਹੜੇ ਸਿੰਘ ਜਿਹੜੇ ਆ ਇਹਨਾਂ ਦੇ ਜਿਹੜੇ ਜ਼ਖਮ ਆ ਜ਼ਖਮ ਬਿਲਕੁਲ ਠੀਕ ਹੋ ਜਾਣ ਅਤੇ ਕੋਈ ਵੀ ਪ੍ਰੋਗਰਾਮ ਫਿਰ ਜਿਹੜਾ ਚੰਗੀ ਤਰ੍ਹਾਂ ਹੀ ਇਹਨਾਂ ਨੂੰ ਦੇਵਾਂਗੇ ਹਰ ਇੱਕ ਜਗ੍ਹਾ ਤੋਂ ਇਹਨਾਂ ਨੂੰ ਭਜਾਵਾਂਗੇ ਅਤੇ ਇਹ ਭਾਈ ਸਾਹਿਬ ਪਤਾ ਕੀ ਗੱਲਿਆ ਇਹ ਆਪੋ ਆਪਣੀ ਸੋਚ ਹੁੰਦੀ ਆ ਜੀ ਇਹ ਤੁਹਾਡੀ ਸੋਚ ਹੋ ਰਿਹਾ ਭਾਈ ਸਾਹਿਬ ਦੀ ਹੋ ਰਿਹਾ ਸਾਡੀ ਹੋ ਰਿਹਾ ਵੀਰ ਦੀ ਹੋ ਰਿਹਾ ਪਰ ਅਸੀਂ ਕਹਿੰਦੇ ਹਾਂ ਵੀ ਕੋਈ ਵੀ ਕੌਮ ਪ੍ਰਤੀ ਨਾਰਾ ਮਾਰਦਾ ਅਤੇ ਅਸੀਂ ਜਿੰਨੇ ਵੀ ਜਥੇਬੰਦੀਆਂ ਵਾਂ 7-8-10 ਜਥੇਬੰਦੀਆਂ ਅਸੀਂ ਉਹ ਸਿੰਘ ਦੇ ਨਾਲ ਖੜਾਂਗੇ ਕੋਈ ਵੀ ਮਾਰੇ ਸਾਨੂੰ ਇਸ ਚੀਜ਼ 'ਤੇ ਕੋਈ ਇਤਰਾਜ਼ਗੀ ਨਹੀਂ ਕੋਈ ਨਾਰਾਜ਼ ਨਹੀਂ ਅਸੀਂ ਕਿਸੇ 'ਤੇ ਭੋਰਾ ਜਿੰਨਾ ਵੀ ਭਾਵੇਂ ਕਹਿੰਦੇ ਹਾਂ ਦਾ ਨਾਰਾ ਮਾਰਿਆ ਭਾਵੇਂ ਨਹੀਂ ਮਾਰਿਆ ਸਾਨੂੰ ਕੋਈ ਇਤਰਾਜ਼ਗੀ ਨਹੀਂ ਕਿਸੇ 'ਤੇ ਅਸੀਂ ਉਦੋਂ ਵੀ ਜਦੋਂ 16 ਤਰੀਕ ਨੂੰ 17 ਨੂੰ ਇੱਥੇ ਰੱਖਿਆ ਗਿਆ ਪ੍ਰੋਗਰਾਮ ਉਦੋਂ ਵੀ ਇੱਥੇ ਪਹੁੰਚੇ ਹਾਂ ਸਿੱਖ ਜਥੇਬੰਦੀਆਂ ਨੇ ਰੱਖੀ ਸੀ ਮੀਟਿੰਗ ਅਸੀਂ ਹਰ ਇੱਕ ਜਗ੍ਹਾ ਝੁੱਕ ਕੇ ਜਾਂਦੇ ਹਾਂ ਅਤੇ ਝੁੱਕ ਕੇ ਹੀ ਜਾਂਦੇ ਰਹਾਂਗੇ ਇਹ ਗੱਲ ਨਹੀਂ ਬਣਦੀ ਕਿ ਜੇ ਬੰਨਿਓ ਵੀ ਅਸੀਂ ਕੋਈ ਕੌਮ ਦੇ ਕਰਕੇ ਅਸੀਂ ਆਪਣਾ ਪਿੱਠ ਵਿਖਾਵਾਂਗੇ ਜਾਂ ਪਿੱਛੇ ਹਟਾਂਗੇ ਜੀ। ਭਾਈ ਸਾਹਿਬ 3 ਮੋਰਚੇ ਚੱਲਦੇ ਇਕੱਠੇ ਹੋ ਗਏ ਬਿਲਕੁਲ ਅਸੀਂ ਤਾਂ ਭਾਈ ਰਣਜੀਤ ਸਿੰਘ ਜੀ ਨੂੰ ਵੀ ਇਹ ਬੇਨਤੀ ਕੀਤੀ ਆ ਮੀਟਿੰਗ ਹੋਈ ਉਹਨਾਂ ਨਾਲ ਅਤੇ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਉਪਰਾਲਾ ਕਰੋ ਉਪਰਾਲਾ ਅਸੀਂ ਕਰ ਰਹੇ ਨੇ ਸਾਰੇ ਮਾਨ ਸਾਹਿਬ ਨੂੰ ਵੀ ਮਿਲ ਰਹੇ ਹਾਂ ਦੂਜੇ ਸਿੰਘਾਂ ਨੂੰ ਵੀ ਦਲ ਖਾਲਸਾ ਵਾਲੇ ਨੂੰ ਮਿਲ ਰਹੇ ਹਾਂ ਹੁਣ ਵਡਾਲਾ ਸਾਹਿਬ ਨਾਲ ਵੀ ਗੱਲ ਕਰਨ ਚੱਲੇ ਹਾਂ ਅਤੇ ਇਹਨਾਂ ਨਾਲ ਵੀ ਕਰਨੇ ਸਾਰਾ ਪੰਥ ਜਿਹੜਾ ਵਾ ਇਕੱਠਿਆਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਪਰ ਅੱਗੇ ਗੁਰੂ ਸਾਹਿਬ ਦੇ ਹੱਥ ਵਾਸਿਆ ਉਹ ਜੋ ਚਾਹੇ ਹੁਣਾ ਉਹ ਹੀ ਆ ਬੰਦੇ ਦਾ ਕੀਤਾ ਕੁਝ ਨਹੀਂ ਜੋਣਾ ਅਤੇ ਉਹ ਗੁਰੂ ਸਾਹਿਬ ਜੋ ਵਰਤਣਗੇ ਉਹਨਾਂ ਹੀ ਵਰਤਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਹੱਥ ਜੋੜ ਕਰਕੇ ਕਿ ਵੇਖੋ ਅੱਜ ਵੀ ਅਸੀਂ ਅਰਦਾਸ ਕਰਕੇ ਇਹ ਚਾਹੁੰਦੇ ਕਿ ਸੰਗਤ ਨਾਲ ਨਮਸਕਾਰ ਕਰੀ ਜਾਵੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਅਰਦਾਸ ਕਰਨ ਵਾਸਤੇ ਅਸੀਂ ਕਿਹਾ ਜਿੱਥੇ ਦੂਜੇ ਸਿੰਘ ਅਰਦਾਸ ਕਰਦੇ ਨੇ ਸਾਨੂੰ ਕਰਦੇ ਉਹਨੇ ਉਸ ਵੇਲੇ ਤਾਲਾ ਮਾਰ ਦਿੱਤਾ। ਕਿੱਡੀ ਘਟੀਆ ਸੋਚ ਇਹਨਾਂ ਬੰਦਿਆਂ ਲੋਕਾਂ ਦੀ ਕਿ ਅਸੀਂ ਆਏ ਸੀ ਕਿ ਅਸੀਂ ਕਹਿੰਦੇ ਕਿ ਸੰਗਤ ਨਾਲ ਜਿਹੜੀ ਬਾਹਰੋਂ ਦੂਜੇ ਦੇਸ਼ਾਂ ਤੋਂ ਆ ਰਹੀ ਆ ਜਾਂ ਪਿੰਡਾਂ 'ਚੋਂ ਆ ਰਹੀ ਉਹ ਨਾਲ ਨਾਲ ਦੀ ਨਮਸਕਾਰ ਕਰੀ ਜਾਵੇਗੀ ਅਸੀਂ ਸਾਈਡ 'ਤੇ ਹੋ ਕੇ 5 ਸਿੰਘ ਅਰਦਾਸ ਬੇਨਤੀ ਕਰ ਲੈਂਦੇ ਹਾਂ ਉਹਨਾਂ ਨੇ ਉਸ ਵੇਲੇ ਤਾਲੇ ਮਾਰ ਦਿੱਤੇ ਗਏ ਆ। ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਕੋਲ ਜੇ ਤੁਸੀਂ ਹਿਸਾਬ ਲੈਣ ਦੀ ਗੱਲ ਕਰੋਗੇ ਸਾਨੂੰ ਤਾਂ ਸੰਗਤ ਵਿੱਚ ਵਿਚਰਿਆਂ ਪਤਾ ਲੱਗ ਰਿਹਾ ਵਾ ਕਿ ਇਹ ਕੌਣ ਨੇ ਇਹ ਅਸਲ ਉਹ ਵਾਰਸ ਨੇ ਮੰਤ ਨਰੈਣੂ ਦੇ ਜਿਹੜੇ ਇਹਨਾਂ ਨੇ ਪੁਰਾਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕੀਮਤੀ ਖਜ਼ਾਨਾ ਹੈ ਇਤਿਹਾਸਕ ਹੁਕਮਨਾਮੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 328 ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹ ਇਕੱਲੀ 15 ਤੱਕ ਜਿਹੜੀ ਰਿਪੋਰਟ ਜਨਤਕ ਹੋਈ ਹੈ ਉਹ ਹੋਈ ਹੈ ਜੇ 20 ਤੱਕ ਹੋ ਗਈ ਤਾਂ ਫਿਰ ਹਜ਼ਾਰਾਂ ਦੀ ਗਿਣਤੀ ਹੋ ਸਕਦੀ ਹੈ। ਇਹ ਸੰਗਤ ਅੱਜ ਇੱਕ ਪਲੇਟਫਾਰਮ 'ਤੇ ਇਕੱਠੀ ਹੋ ਕੇ ਇਹਨਾਂ ਦੇ ਗਲੋਂ ਫੜ ਕੇ ਗਲੋਂ ਫੜਨਾ ਪੈਣਾ ਉੱਦਾਂ ਨਹੀਂ ਗੱਲ ਬਣੀ ਵੋਟਾਂ 'ਤੇ ਬਹੁਤ ਦੂਰ ਦੀ ਗੱਲ ਆ ਵੋਟਾਂ ਵੱਲ ਨਾ ਤੁਰੀਏ ਆਪਾਂ ਆਓ ਆਪਾਂ 27 ਤਰੀਕ ਵੱਲ ਨੂੰ ਜਿਹੜਾ ਵਾ ਇਹਨਾਂ ਨੇ ਇੱਕ ਪ੍ਰਧਾਨ ਨਵਾਂ ਜਿਹੜਾ ਚੋਣਾਂ ਵਾ ਉਸ ਦਿਨ ਡਟ ਕੇ ਵਿਰੋਧ ਕਰੀਏ ਅਤੇ ਇਹ ਪਹਿਲੇ ਪ੍ਰਧਾਨ ਕੋਲੋਂ ਹਿਸਾਬ ਲਈਏ ਅਤੇ ਜਿੰਨੇ ਵੀ ਇਹਨਾਂ ਦੀ ਅੰਤਰੀ ਕਮੇਟੀ ਬਣੀ ਹੈ ਜਿਹੜੇ ਗੁੰਡੇ ਬਣ ਪਾਲੇ ਹੋਏ ਆ ਉਹਨਾਂ ਦੇ ਕੋਲੋਂ ਵੀ ਆਪਾਂ ਸਾਰਾ ਹਿਸਾਬ ਲਈਏ ਜੇ ਹਿਸਾਬ ਲੈ ਲਾਂਗੇ ਹੁਣ ਚੰਗੇ ਰਹਿ ਜਾਂਗੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਇਹਨਾਂ ਨੇ ਉਹ ਹਾਲਾਤ ਕਰਨੇ ਨੇ ਕਿ ਕੋਈ ਵੀ ਇੱਥੇ ਨਾਰਾ ਵੀ ਲਾਉਣ ਦੀ ਜਿਹੜਾ ਗੱਲ ਕਰਦਾ ਉਹਨਾਂ ਨੂੰ ਡਾਂਗਾ ਮਾਰ ਕੇ ਕੁੱਟਦੇ ਨੇ ਨਾਰਾ ਵੀ ਇਹਨਾਂ ਨੇ ਬੰਦ ਕਰ ਦੇਣਾ ਬੋਲੇ ਸੁਣ ਹਾਲ ਦਾ ਰਾਜ ਕਰੇਗਾ ਖਾਲਸਾ ਇਹਨਾਂ ਨੇ ਬੰਦ ਕਰਨਾ ਜੇ ਅੱਜ ਨਾ ਆਪਾਂ ਇੱਕ ਪਲੇਟਫਾਰਮ 'ਤੇ ਉਤਰੇ ਕਿਉਂਕਿ ਅੱਜ ਜਿੰਦੇ ਅਰਦਾਸ ਕਰਕੇ ਜਿੰਦੇ ਮਾਰ ਸਕਦੇ ਨੇ ਅਤੇ ਇੱਦਾਂ ਹੀ 450 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਲਮੇਘ ਸਿੰਘ 71 ਨੇ ਰੂਪ ਸਿੰਘ 71 ਨੇ ਅਤੇ ਇੱਕ ਗੁਰਚਰਨ ਸਿੰਘ ਜਿਹੜਾ ਮਰ ਚੁੱਕਾ ਹੈ ਉਹਦੀ ਮੜੀ ਨੂੰ ਕੀ ਫੁੱਲਣਾ ਹੈ ਬਾਕੀ 2 ਤਾਂ ਜਿਉਂਦੇ ਨੇ ਉਹਨਾਂ ਦੇ ਕੋਲੋਂ ਹਿਸਾਬ ਲਿਓ ਕਿ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜਿਹੜੇ ਕੈਨੇਡਾ ਦੇ ਵਿੱਚ ਭੇਜੇ ਨੇ ਉਹਨਾਂ ਦਾ ਨਿਰਾਦਰ ਹੋਇਆ ਉਹਨੂੰ ਪੇਮੈਂਟ ਦਿੱਤੀ ਜਾ ਰਹੀ ਹੈ ਕਿਉਂਕਿ ਉਹਨੂੰ ਇੱਕ ਬਰੀ ਕੀਤਾ ਜਾ ਰਿਹਾ ਅਤੇ ਮੈਂ ਜਥੇਦਾਰ ਨੂੰ ਜਿਹੜਾ ਬਣਿਆ ਦੋਵਾਂ ਤਖਤਾਂ ਦਾ ਇਹ ਸੁੱਤਾ ਵਾ ਇਹ ਕਿਉਂ ਨਹੀਂ ਇਹਨੇ ਦੋਸ਼ੀ ਠਹਿਰਾਏ ਨੇ ਇਹ ਉਹਨਾਂ ਦੋਸ਼ੀਆਂ ਦੀ ਕਿਉਂ ਨਹੀਂ ਕੋਈ ਸਖਤ ਕਾਰਵਾਈ ਕਰਿਆ ਸਾਨੂੰ ਕਹਿ ਰਿਹਾ ਤੁਸੀਂ ਦੱਸੋ ਅਸੀਂ ਇਹਨਾਂ ਨੂੰ ਗੁਰਮਤ ਨਾਲ ਇਹਨਾਂ ਦੇ ਮੁਸ਼ਕਾਂ ਬੰਨ ਕੇ ਇਹਨਾਂ ਨੂੰ ਦਰਬਾਰ ਸਾਹਿਬ ਦੇ ਆਲੇ ਦੁਆਲੇ ਫੇਰ ਦੇਵਾਂਗੇ ਸਜ਼ਾ ਸਖਤ ਦੇਵਾਂਗੇ ਦਿੰਦਾ ਕਿਉਂ ਨਹੀਂ ਹੁਣ ਸਾਨੂੰ ਤਾਂ ਉਹਨਾਂ ਨੇ ਦੇਤੀਆਂ ਜਿਹੜੀਆਂ ਦੇਣੀਆਂ ਸਨ ਅਤੇ ਪ੍ਰਸ਼ਾਸਨ ਬਿਲਕੁਲ ਰਲਿਆ ਹੋਇਆ ਵਾ ਮੈਂ ਸਿੰਘਾਂ ਨੂੰ ਬੇਨਤੀ ਕਰਦਾ ਵਾਂ ਕਿ ਅਸੀਂ ਜਿਹੜਾ ਵਾ ਪ੍ਰਸ਼ਾਸਨ ਦਾ ਵੀ ਲਿਹਾਜ਼ ਨਹੀਂ ਕਰਾਂਗੇ ਅਤੇ ਸ਼੍ਰੋਮਣੀ ਕਮੇਟੀ ਦਾ ਲਿਹਾਜ਼ ਵੀ ਨਹੀਂ ਕਰਾਂਗੇ।
जरूर अहीं अज तो कमर कसे करके बाबा राजा राज सिंह जी, भाई तुलसन सोहल सिंह, भाई दिलबाग सिंह जी, भाई लखबीर सिंह जी मालम, भाई मनजीत सिंह चौबाल, भाई बलजिंदर सिंह जी परवाने, सात सिंघां नूं मैं हाथ जोड़ के हुण वी बेनती करदा ते करदा रहूंगा कि आपां हुणे कमर कसे करके ते सारे वल जा करके 27 तरीक नूं पता लग जावे इत्थे कि हाँ सिख कौम जागदी है। जेकर आपां सौंगे ते इन्हां ने होर बड़ा कुछ बादल ने अपने नानक दे हरिमंदर साहिब नाल करा लैणे, सरावां पता नहीं करा लईआं हुण क्योंकि इह जे पिंडां दे छप्पड़ अपने दे नां ते करा सकदा है ते इह हरिमंदर साहिब दीआं सरावां ते बड़ियां महंगीआं ने। इक हुण जथेदार गुरबचन सिंह कोठी दित्ती जा रही है, कोठी दित्ती है उहदी 1.5 करोड़ रुपया कीमत आ, उहदा विरोध करो क्योंकि उह पहिलां मैनेजर साहिब दे कोल, जे मैनेजर दे रिटायर हो गया उह कब्जा करके बैठा, और कुछ छड़ा के हुण गुरबचन सिंह नूं दित्ती जा रही है। मैं संगतां नूं बेनती करदा तकड़े हो के विरोध करो इन्हां लोकां दा, इन्हां ने अपनी निजी जायदाद बनाई आ, जे जथेदार गुरबचन सिंह दे कोल कोठी चल गई मुड़ के छड़ाई नहीं जाणी, इह संगत दा पैसा जे ते गुरु घर दी इह कोठी जी। वेखो जी जथेदार वाले काम भोरा जी ने नहीं कीते, सेवादारे वाले भी नहीं कीते, पत्रकार भी अपनी जान की परवाह करता है, एक मीडिया वाला वा तो वह भी उस वे भावें गोली वरती हो भावें कृपाना वरती हो वीडियो बना चल जाता, तो जथेदार ने एक वरां भी इस श्री गुरु ग्रंथ साहब के दोषियों बारे अजे तक बोलिया नहीं। हूँ पहला जोड़ा बोर्ड बैठा मुड़ के दबा इन्ना बिठा बिठाता कि तू रहना इतने जथेदार कि नहीं रहना, तेन तो दोवे का बिठाया, जो तू हाडे वर खिलाफ़ भी बोलने लग पाया, उस वे चुप कर गया वा जी वो अंदर सप वाली जहर कढ़ दी गई आ, जी माड़ी मोटी पहला लोगों के अंदर उन्होंने गुमराह किया, लोगों का हुण विश्वास बिल्कुल इतों उठ गया वा, यदा गुरबचन नालों ही माड़ा हाल होगा। नहीं अभी स्पष्टीकरण देना है, श्री अकाल तख्त साहिब तो एक सानू संदेश गया होया सी, श्री अकाल तख्त साहिब तो यह ना कहण के ये दोषी ने तां करके आए ने, ये ना ला रहे सी कि जेडे अंत हैगे आ महाराज के पावन पवित्र शब्द उन्होंने उत्ते इन्होंने लीका मारियां पे नाल, ये जिंदगी च ये काम नहीं करांगे, ना कीता ना करन देवांगे, करन वालियां दी धौं लावांगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਾਜਾ ਰਾਜ ਸਿੰਘ ਅਰਬਾ ਖਰਬਾ ਧਰਨਾ ਦਲ ਅਤੇ ਪੰਥਕ ਮੋਰਚੇ ਕਮੇਟੀ ਵੱਲੋਂ ਮੈਂ ਬੇਨਤੀ ਕਰਦਾ ਸਿੱਖ ਸੰਗਤਾਂ ਨੂੰ ਕਿ ਜੋ ਰਾਤ ਨਿਹੰਗ ਸਿੰਘ ਦੇ ਨਾਲ ਵਰਤਾਰਾ ਹੋਇਆ ਇੱਥੇ ਦੀਵਾਲੀ ਵਾਲੀ ਰਾਤ ਨੂੰ, ਸਾਰਿਆਂ ਤੁਹਾਨੂੰ ਪਤਾ ਵੀ ਇੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਂਦਾ, ਪਰ ਜੋ ਕਈ ਸਾਲਾਂ ਤੋਂ ਹੁੰਦਾ ਰਿਹਾ ਰਾਤ ਮੈਂ ਇੱਥੇ ਮੌਜੂਦ ਸੀਗਾ ਜਦੋਂ ਸਰੋਪੇ ਦਿੱਤੇ ਗਏ, ਜਿਹੜੇ ਵੱਡੀਆਂ ਜਥੇਬੰਦੀਆਂ ਸੀ ਉਹਨਾਂ ਨੂੰ ਸਤਿਕਾਰ ਦੇ ਨਾਲ ਸਰੋਪੇ ਦਿੱਤੇ ਗਏ, ਤਾਂ ਤਖ਼ਤ 'ਤੇ ਬੁਲਾ ਕੇ ਜਿਹੜੇ ਛੋਟੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੂੰ ਇਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਵੀ ਸਬੂਤ ਆ ਮੇਰੇ ਕੋਲ ਤੁਹਾਨੂੰ ਪੇਸ਼ ਕਰਾਂਗਾ, ਉਹਦੇ ਵਿੱਚ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਂ ਭਗਾ ਭਗਾ ਕੇ ਸਰੋਪੇ ਸਿੱਟ ਰਿਹਾ ਜਿਹੜਾ ਬਿਲਕੁਲ ਮਰਜ਼ਾਦਾ ਤੋਂ ਉਲਟਾ, ਉੱਥੇ ਕਈ ਸਵਾਲ ਖੜੇ ਕਰਦੇ ਸੀ ਕਿਉਂ ਲੈਂਦੇ ਨੇ ਸਰੋਪੇ, ਜਦੋਂ ਅਕਾਲ ਤਖ਼ਤ ਸਾਹਿਬ ਸਨਮਾਨਿਤ ਕਰਦਾ ਉਹ ਥੱਲੇ ਥਰ ਛੋਟ ਡਿੱਗਣ ਦੇ ਨਾਲ ਸਰੋਪਾ ਐਂ ਫੜ ਰਹੇ ਨੇ ਨਿਹੰਗ ਸਿੰਘ ਭਾਜੜ ਪਈ ਪਈ ਆ ਕਿ ਇਸ ਤਰ੍ਹਾਂ ਨਹੀਂ ਸਨਮਾਨ ਹੁੰਦਾ, ਸਨਮਾਨ ਗੁਰੂ ਸਾਹਿਬ ਦਾ ਉਹ ਸਨਮਾਨ ਆ ਅਕਾਲ ਤਖ਼ਤ ਸਾਹਿਬ ਵੱਲੋਂ ਜਿਸ ਤਰ੍ਹਾਂ ਦੂਸਰੀਆਂ ਜਥੇਬੰਦੀਆਂ ਦਾ ਸਨਮਾਨ ਕੀਤਾ, ਜਿਹੜੇ ਰਹਿੰਦੀਆਂ ਜਥੇਬੰਦੀਆਂ ਉਹਨਾਂ ਦਾ ਕਿਉਂ ਨਹੀਂ ਇਹ ਸਹੀ ਢੰਗ ਨਾਲ ਸਨਮਾਨ ਕਰਦੇ, ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੀਆਂ ਮਰਜ਼ਾਦਾ ਦੀਆਂ ਜਥੇਦਾਰ ਨੇ ਰਾਤ ਧੱਜੀਆਂ ਉਡਾਈਆਂ ਨੇ, ਮੈਂ ਤੁਹਾਨੂੰ ਵੀਡੀਓ ਸਾਰੇ ਭੇਜਾਂਗਾ।